ਜੀ ਨਿਵਾ ਜੀ ਮਹਾਰਾਜ ਦੇ ਚਰਨਾਂ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਵੇਂ ਸਾਰਿਆਂ ਨੂੰ ਪਤਾ ਹੈ ਆਪ ਜੀ ਨੂੰ ਕਿ ਅੱਜ ਅਸੀਂ ਮਿਲ ਕੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕ ਹੋਵੇ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਸਾਡੀ ਵੀ ਪ੍ਰੀਤ ਉਵੇਂ ਸੱਚੇ ਪਾਤਸ਼ਾਹ ਨਾਲ ਮਹਾਰਾਜ ਦੇ ਨਾਲ ਪੈ ਜਾਵੇ ਜਿਵੇਂ ਭਗਤਾਂ ਨੇ ਪ੍ਰੇਮ ਕੀਤਾ ਸੱਚੇ ਪਾਤਸ਼ਾਹ ਨੂੰ ਉਸ ਅਕਾਲ ਪੁਰਖ ਨੂੰ ਦਾਸ ਵੱਲੋਂ ਬੇਨਤੀ ਮੈਨੂੰ ਭਾਅ ਜੀ ਵੀ ਕਹਿੰਦੇ ਕਿ ਪਹਿਲਾਂ ਬੇਨਤੀ ਕਰ ਦਿਓ ਸੰਗਤ ਨੂੰ ਕਿ ਅੱਜ ਥੋੜ੍ਹਾ ਸਮਾਂ ਉੱਤੇ ਹੋ ਜਾਵੇ
ਕਿ ਆਪਾਂ ਇਦਾਂ ਹੀ ਸੱਜੇ ਰਹਿਣਾ ਵੀ ਦਾਸ ਨੇ ਫਿਰ ਇੰਡੀਆ ਜਾਣਾ ਅਤੇ ਇਹ ਇਸ ਵਾਰੀ ਦਾ ਆਖਰੀ ਸਮਾਗਮ ਹੈ ਫਿਰ ਇੰਡੀਆ ਤੋਂ ਆ ਕੇ ਦਰਸ਼ਨ ਕਰਨੇ ਸੰਗਤ ਦੇ ਸੋ ਇਸੇ ਤਰ੍ਹਾਂ ਸੱਜੇ ਰਹਿਣਾ ਅਤੇ ਸਾਰੇ ਮਿਲ ਕੇ ਗਾਇਓ ਸਾਰੇ ਮਿਲ ਕੇ ਆਨੰਦ ਲਈਏ ਭਗਤ ਨਾਮਜੇਤ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਪਾਵਨ ਸ਼ਬਦ ਹੈ ਹੁਕਮ ਹੋਇਆ ਸੀ ਕਿ ਇਹ ਜ਼ਰੂਰ ਪੜ੍ਹਨਾ ਹੈ ਤੂੰ ਕੁਨਰੇ ਮੈਂ ਜੀ ਨਾਮਾ ਹੋ ਜੀ ਸੋ ਕਰਿਓ ਕਿਰਪਾ ਸਾਰੇ
Oh!
ਜਿਹੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਸੁਖ ਹੋਵੇ ਦਿਨ ਮੁੱਖ ਉਤਾਰ ਲੈ ਰਾਮ ਤਾਰ ਉਤਾਰ ਲੈ ਰਾਮ ਤਾਰ ਮੁੱਖ ਉਤਾਰ ਲੈ ਰਾਮ ਤਾਰ ਉਤਾਰ ਲੈ
जहां जहां तू नारद टेके नेक टिकावो तेरे नाम अविलंब बहुत जन उतरे नाम की निज मत ए तेरे नाम नाम की निज मत नामे नामे की निज मत ए निज मत ए मुको तार ले तार ले रमा रमतार संसार संगे हार गोविंद करो कृपा संसार संगे संसार Thank you.
ਮੇਰਾ ਪਾਰ ਨਾ ਪਾਇਆ ਸਾਡੀ ਅਰਦਾਸ ਜਿਹੜੀ ਮਹਾਰਾਜ ਦੇ ਅੱਗੇ ਹੋਣੀ ਚਾਹੀਦੀ ਹੈ। ਭਗਤ ਨਾਮਦੇਵ ਜਿੰਨੇ ਵੀ ਭਗਤ ਹੋਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਿਰਾਜਮਾਨ ਨੇ, ਉਹਨਾਂ ਦੀ ਕੀ ਅਵਸਥਾ ਸੀ ਅਤੇ ਇਸ ਸ਼ਬਦ ਰਾਹੀਂ ਉਹ ਕੀ ਬੇਨਤੀ ਕਰਦੇ ਨੇ ਅਕਾਲ ਪੁਰਖ ਅੱਗੇ ਕਿ ਨਾਮਾ ਕਹੇ ਹਉਂ ਤਰ ਪੀ ਨਾ ਜਾਣੋ, ਕਿ ਸੱਚੇ ਪਾਤਸ਼ਾਹ ਮੈਨੂੰ ਨਹੀਂ ਤਰਨਾ ਆਉਂਦਾ। ਕਿ ਅਸੀਂ ਆਪਣੇ ਆਪ ਦੇ ਵਿੱਚ ਬੜੇ ਬਣੇ ਰਹੀਏ ਕਿ ਅਸੀਂ ਬੜੇ ਵੱਡੇ ਗੁਰਸਿੱਖ ਹਾਂ, ਬਹੁਤ ਬਾਣੀ ਪੜ੍ਹਦੇ ਹਾਂ, ਮਹਾਰਾਜ ਸੇਵਾ ਲੈਂਦੇ ਨੇ। ਧੰਨਵਾਦ ਹੈ ਸੱਚੇ ਪਾਤਸ਼ਾਹ ਦਾ, ਕਿਰਪਾ ਕੀਤੀ ਹੈ ਕਿ ਸਾਡੇ ਤੋਂ ਬਾਣੀ ਦੀ ਸੇਵਾ ਲੈਂਦੇ, ਕੀਰਤਨ ਦੀ ਸੇਵਾ ਲੈਂਦੇ ਆ। ਪਰ ਅਰਦਾਸ ਫਿਰ ਕੀ ਹੋਣੀ ਚਾਹੀਦੀ ਹੈ, ਕਿਹੜੀ ਅਵਸਥਾ ਦੇ ਵਿੱਚ ਭਗਤ ਨਾਮਦੇਵ ਜੀ ਨੇ ਇਹ ਉਚਾਰਿਆ ਕਿ ਨਾਮਾ ਕਹੇ ਹਉਂ ਤਰ ਪੀ ਨਾ ਜਾਣੋ, ਕਿ ਸੱਚੇ ਪਾਤਸ਼ਾਹ ਮੈਨੂੰ ਨਹੀਂ ਤਰਨਾ ਆਉਂਦਾ। ਮੋਕੋ ਬਾਹ ਦੇਹ ਬਾਹ ਦੇ ਬੀਠ, ਕਿ ਤੇਰੀ ਕਿਰਪਾ ਹੋਵੇ, ਤੂੰ ਮੈਨੂੰ ਬਾਂਹ ਦੇਵੇਂ, ਮੇਰਾ ਹੱਥ ਫੜ ਲਵੇਂ ਸੱਚੇ ਪਾਤਸ਼ਾਹ, ਅਤੇ ਮੈਨੂੰ ਹੱਥ ਫੜ ਕੇ ਮੈਨੂੰ ਖਿੱਚ ਕੇ ਇਸ ਭਵ ਸਾਗਰ ਦੇ ਵਿੱਚੋਂ ਲੈ ਜਾਵੇ। ਨਹੀਂ ਤਾਂ ਮੇਰੇ 'ਚ ਓਨੀ ਤਾਕਤ ਨਹੀਂ, ਮੇਰੀ ਓਨੀ ਅਵਸਥਾ ਨਹੀਂ ਕਿ ਮੈਨੂੰ ਤਰਨਾ ਆਉਂਦਾ ਹੋਵੇ ਅਤੇ ਮੈਂ ਤਰ ਕੇ ਲੰਘ ਜਾਵਾਂ। ਸੋ ਕਰੋ ਕਿਰਪਾ, ਸਾਰੀ ਸੰਗਤ ਕਰਿਓ ਕਿਰਪਾ, ਇਹੀ ਅਰਦਾਸ ਅਸੀਂ ਵੀ ਕਰੀਏ ਸੱਚੇ ਪਾਤਸ਼ਾਹ ਅੱਗੇ। ਨਮਕ ਹੈ ਹਉ ਤਰ ਪੀ ਨਾ ਜਾਣੋ, ਨਮਕ ਹੈ ਹਉ ਤਰ ਪੀ ਨਾ ਜਾਣੋ, ਨਮਕ ਹੈ ਹਉ ਤਰ ਪੀ ਨਾ ਜਾਣੋ, ਮੁੱਖ ਬਾਂਹਦੇ ਬਾਂਹਦੇ ਪਾਤਸ਼ਾਹ ਦੇ ਅੱਗੇ ਡਿੱਗਦੇ ਹਾਂ। ਜਦੋਂ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰ ਦੁਆਰ ਮਾਹੇਗੇ ਕਿ ਲਾਜ ਅਸ
ਗੋਬਿੰਦ ਦਾਸ ਤੁਹਾਰ ਉਦੋਂ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਜਿਉਂ ਜਿਉਂ ਨਾਮ ਹਰ ਗੁਣ ਉਚਰੈ ਭਗਤ ਜਨਾ ਕੋ ਦੇਹੁ ਬਲਿਹਾਰੀ ਇਸ ਜਾਤ ਕੋ
Bye.
कभो ना टूटस
रहे आसमाए नामे चित लाया सजनाए जाके प्रेम पदार्थ पाइए तो चरणी चित लाइए सहो कहे सो कीजे तन मनो दीजे ऐसा परमल लाइए एव कहे सुहागणी भैणे इनी
थिर हा वन ग्रह समसर हा थिर थिर चित थिर हा वन ग्रह हा अंतर एक फिर हा बाहर अनेक तर हा बाहर अनेक तरह राजन जोग कर कहो नानक लोग अलोकी Ah.